चलते भज लगा पर जिंदा लगे अंगूरो आ जा हूं क्यों डुस्की जन्नी है तू बब्बू के पापे फिर तो कॉलेज हॉल पैंदा मैं तो घर बनाने मर गई पहला वो बनाया हूं आ बनाया ये छोड़ के चले हैं कोई कुछ नहीं होता है रहन दे जिन्हें बेचे अगले बोलन के खुला रहन दे चल कोई गल अगले ने वफा करे आपा की लैना है वफा तो सानू भी बथेरा किया ਉਹੀ ਨਾ ਰੋਈ ਚੱਲ ਤੂੰ ਹੁਣ ਆ ਜਾ ਦੇਖ ਲੈ ਕਿੱਦਾਂ ਰੌਣਕਾਂ ਲੱਗ ਗਈਆਂ ਬੀ ਜੀ ਅੰਦਰ ਆ ਕੇ ਬਹਿ ਗਏ ਕੋਈ ਗੱਲ ਨਹੀਂ ਹੁਣ ਅਗਲੇ ਨੇ ਰੁਪਈਏ ਦਿੱਤੇ ਨੇ ਭਈ ਅਗਲੇ ਦਾ ਬੈਠੂਗੇ ਹੈ ਆਪਾਂ ਕਾਲੀ ਤਾਂ ਨਹੀਂ ਕੀਤੀ ਬੱਬੂ ਦੇ ਪਾਪੇ ਕੋਈ ਕੋਈ ਗੱਲ ਨਹੀਂ ਹੁਣ ਜਿਹੜਾ ਕੁਛ ਹੈਗਾ ਤੇ ਉਹ ਕਰ ਲਿਆ ਆਪਾਂ ਨੇ ਸੌਦਾ ਕਰਤਾ ਅਗਲੇ ਨੂੰ ਅਗਲੇ ਚਾਬੀਆਂ ਫੜਾਤੀਆਂ ਹੈ ਆਪਾਂ ਨਵੇਂ ਘਰੇ ਚੱਲੀ ਆ ਭਾਈ ਆ ਜਾ ਉਹੀ ਨਾ ਡਸਕ ਡਸਕ ਕਰਿਆ ਕਰ ਮੱਥਾ ਟੇਕ ਸਮਾਂ ਦੀ ਘਰ ਨੂੰ ਬਥੇਰਾ ਕੋ ਦਿੱਤਾ ਆਪਾਂ ਨੂੰ ਘਰ ਨੇ ਹੈ ट्रैक्टर हाथ नहीं आजूगा डेरे बहुत कॉलेज बनया हो लखी कुड़िया पढ़दिया ने भाई अनुशासन है पूरा शरदा दो टाइम सतसंग सुन दया पढ़दिया ने चाचा हूं ही गया ट्राली वाला ट्रैक्टर वाला कहना मैं अपने कंचर दे दोए संद नाल किक नाल दे मैं तेनू ऐ कह दी पहले मंजे लेण ले पहले एनु पुछ ले जयो कहना मैं ओ हो कहना मैं टूले दा सामान छड्या मैं करविंदर का 4 बजे आ कहना उदू बाद कहना मैं अथरे नु मंजे मंजे रहिए कल्ले और तप पता किन्नी बीमार करके कर दूंगा यार कुछ नहीं हुंदा माड़ा मोटा शरीर तत्ता होया होया हुण भज के चक ले पुत बन के आथने लियावांगे जाके हुण तां मैं पैना बई दुपहरे दुपहरे कट लांदे ने जा पानी दी गलास लिया पर सेक हैगी है भाई बहुत ज्यादा अज तक दौरा पैना हो रहा चल चक लो तुम हाथ नहीं जाके आराम कर लो पर चक लो आप मेनू ना के बब्बू हाँ। पानी भी नहीं ठंडा आंदे ने तू फ्रिज नहीं सी लाई जो घरे बनी बस बाबा जी का चेहरा मथे लगे इथे ना आ तन्ने कंधा ते बाबा जी दियां फोटो ला दे कोई नी लाऊंगी बाबे नराले तो बिना मैं कादी आ होर चंगी आउंदी ने करनी पर किरपा भी किसी की चाहिए ना अपने उत्ते सिर ते
ਬਗੜਾ ਤੂੰ ਤਾਂ ਚੁੱਪੇ ਰਹਿ ਭਾਈ ਬਰਕਤ ਨਰਾਲੇ ਬਾਬੇ ਕਰ ਚਾਚੀ ਮੈਂ ਇਹ ਕਹਿਣਾ ਸੀ ਇਹ ਦੇਖ ਅੱਜ ਆਪਣਾ ਪਹਿਲਾ ਦਿਨ ਹੈ ਘਰੇ ਹਨਾ ਸਤ ਸੰਗ ਕਰਾ ਲੈਨੇ ਆਪਾਂ ਭੈਣਾ ਤੇ ਭਾਈਆਂ ਨੂੰ ਮੈਂ ਕਿਹਾ ਉਹਨਾਂ ਜਾ ਕੇ ਵੀਕ ਘਰਾਂ ਚ ਕਿਹਾ ਉਹਨਾਂ ਉਹ ਬਗੜਾ ਨੇ ਆ ਜਾਣਗੇ ਆ ਬੰਨੇ ਤੇਰੇ ਮੂਰੇ ਹੱਥ ਹੈ ਆ ਤੇਰਾ ਨਰਾਲਾ ਬਾਬਾ ਤੇ ਇਹਦੀ ਸਤ ਸੰਗ ਜੀ ਸੋਨੇ ਮੁਬਾਰਕ ਭਾਈ ਅੱਜ ਦਾ ਸਦਰਾ ਪੁੱਦਰਾ ਗੁਰੂ ਮਹਾਰਾਜ ਦਾ ਪ੍ਰਕਾਸ਼ ਕਰਾਵਾਂਗੇ ਦਸੇ ਗੁਰੂ ਦੀ ਬਾਣੀ ਕਰਾ ਲਿਆ ਮੈਂ ਘਰੇ ਇਸ ਤਾਂ ਚਾਚੀ ਪਰਮਾਤਮਾ ਦਾ ਨਾਮ ਲਿਆ ਜਾਊ ਹਵਾ ਸ਼ੁੱਧ ਹੋ ਜਾਂਦੀ ਹੈ ਘੋਲ ਕੇ ਦਿਮਾਗ ਚ ਪਾਤਾ ਉਹ ਬੰਦੇ ਨੇ ਤੁਸੀਂ ਪਿੱਛੇ ਨੀ ਛੱਡਦੇ ਉਹ ਬੰਦੇ ਦਾ ਤੀਵੀਂ ਬਾਅਦ ਬੰਦਾ ਇੱਕ ਨੰਬਰ ਦਾ ਖੰਡ ਪਾਠ ਕਰਾ ਲਾਂਗੇ ਭਾਈ ਜੇ ਸਾਡੇ ਸੁੱਕਾ ਭੁੱਕਾ ਸਰੂਗਾ ਹੈ ਪਰਸ਼ਾਦਾ ਪਾਣੀ ਛਕਾ ਦਾਂਗੇ ਰੰਗ ਰੁੰਗ ਕਰਾ ਕੇ ਯਾਰ ਸਾਰਾ ਸੈੱਟ ਕਰਕੇ ਫੇਰ ਕਰਾਵਾਂਗੇ ਕਿਉਂ ਪਹਿਲੀ ਸਾਰੀ ਉਮਰ ਮੇਰੀ ਪਿੰਡ ਵਾਲੇ ਘਰ ਚ ਲੰਘ ਗਈ ਜਿਹੜੀ ਰਾਜ ਨੇ ਲੈ ਲਿਆ ਉਹ ਮੇਰੇ ਮਨ ਚੋਂ ਮਸੀ ਘਰ ਨਿਕਲਿਆ ਸੀ ਫੇਰ 2 ਸਾਲ ਹੋ ਗਏ ਸੀ ਇਹ ਬਣਾਉਂਦੀ ਨੂੰ ਘਰ ਕਿੰਨਾ ਕੁਛ ਸਵਾਰਿਆ ਆ ਬੱਬੂ ਦੇ ਪਾਪੇ ਨੇ ਕਿੰਨੇ ਪੈਸੇ ਲਾਏ ਟੈਂਕੀ ਚੱਲ ਕਿਉਂ ਕਿੜ ਕਿੜ ਕਰੀ ਜਾਂਦੀ ਹੈ ਕਰਮਾ ਦਾ ਹੁੰਦਾ ਚਾਚੀ ਹੈ ਚਾਚੀ ਮੇਰੇ ਤਾਂ ਯਾਦ ਆ ਗਿਆ ਅੱਜ ਜੱਸੀ ਨੇ ਆਉਣਾ ਉਹ ਡੇਰੇ ਤੋਂ ਜੰਗਾ ਮੈਨੂੰ ਆ ਗਿਆ ਦੇ ਹੁਣ ਅੱਛਾ ਜੱਸੀ ਨੇ ਆਣਾ ਤੂੰ ਐ ਕਰੀ ਮੇਰੇ ਨਾਲ ਮਿਲਿਆ ਕੇ ਜਾਈ ਹਾਂ ਮਿਲਿਆ ਕੇ ਬਹੁਤ ਟਾਈਮ ਹੋ ਗਿਆ ਬਸ ਆ ਜਾਣ ਦੇ ਉਹਨੂੰ 2 ਘੰਟੇ ਦਮ ਲੈ ਕੇ ਫੇਰ ਆਵਾਂਗੇ ਸੀ ਤੇਰੇ ਕੋਲ ਨਹੀਂ ਮੇਰੇ ਤੋਂ ਤਾਂ ਆਇਆ ਨਹੀਂ ਜਾਣਾ ਮੈਂ ਤਾਂ ਥੱਕੀ ਪਈ ਆ ਮੈਂ ਲੈ ਆਉਂਗਾ ਉਹਰੇ ਲਿਆ ਉਹਨੂੰ ਲੈ ਆਈ ਚੰਗਾ ਚਾਚੀ ਦੇ ਆ ਗਿਆ ਜਪ ਨਾਮ ਜਪ ਨਾਮ ਭਾਈ ਜਪ ਨਾਮ ਰਾਜੀ ਰਹਿ ਚੰਗਾ ਚਾਚਾ ਚੰਗਾ ਹੈਲੋ ਹਾਂਜੀ ਕਿਵੇਂ ਹੋ ਮੈਂ ਤਾਂ ਠੀਕ ਆ ਮੈਂ ਤੈਨੂੰ ਫੋਨ ਕੀਤਾ ਸੀ ਤੂੰ ਪਹਿਲਾਂ ਕਿਉਂ ਨਹੀਂ ਚੱਕਿਆ ਉਹ ਯਾਰ ਸਾਇਲੈਂਟ ਤੇ ਪਿਆ ਸੀ ਤੇ ਮੈਂ ਕੰਮ ਜੇ ਕਰੀ ਜਾਂਦਾ ਸੀ ਘਰੇ ਹਾਂ ਬੋਲ ਅੱਛਾ ਘਰੇ ਸੀਗੇ ਤੁਸੀਂ ਤੁਰੀ ਸੀ ਬੀਜ਼ੀ ਹੋ ਹੈ ਹੈਲੋ ਬੀਜ਼ੀ ਹੋ ਮੈਂ ਕਿਹਾ ਹਾਂ ਘਰੇ ਕੰਮ ਜੇ ਕਰੀ ਜਾਂਦਾ ਸੀ ਚਲੋ ਠੀਕ ਹੈ ਮੈਂ ਫਿਰ ਫੋਨ ਕਰ ਲੂੰਗੀ ਨਾ ਨਾ ਦੱਸ ਤੂੰ ਕੋਈ ਨਾ ਤੂੰ ਤਾਂ ਦੱਸ ਹੈਲੋ ਨਹੀਂ ਕੋਈ ਗੱਲ ਨਹੀਂ ਮੈਂ ਫਿਰ ਫੋਨ ਕਰ ਨਾ ਨਾ ਇੰਨਾ ਵੀ ਬਿਜੀ ਨਹੀਂ ਤੂੰ ਦੱਸ ਹਾਂ ਬੋਲ ਕੀ ਕੰਮ ਸੀ ਤੁਸੀਂ ਮੈਨੂੰ ਸੁਨਾਮ ਮਿਲ ਸਕਦੇ ਹੋ ਹੁਣ ਹਾਂਜੀ ਮਤਲਬ ਕਲਾਸ ਤੋਂ ਬਾਅਦ ਆ ਜਾਣਾ ਮੈਂ ਕੋਈ ਨਾ ਫਿਰ ਠੀਕ ਹੈ ਕਲਾਸ ਤੋਂ ਬਾਅਦ ਨਾ ਮੈਂ ਮਿਲੂੰਗੀ ਤੁਹਾਨੂੰ ਹਾਂ ਇੰਸਟੀਚਿਊਟ ਦੇ ਬਾਹਰ ਖੜਦੇ ਹੋ ਆ ਜਾਣਾ ਮੈਂ ਪਹੁੰਚ ਕੇ ਮੈਨੂੰ ਫੋਨ ਕਰ ਦਿਓ ਆ ਜਾਣਾ ਕਹੇ ਜੀ ਦੀ ਲੋੜ ਤਾਂ ਨਹੀਂ ਕੁਝ ਲਿਆ ਕੇ ਦੇਵਾਂ ਘਰੋਂ ਨਹੀਂ ਨਹੀਂ ਕਿਸੇ ਚੀਜ਼ ਦੀ ਲੋੜ ਨਹੀਂ ਹੈਗੀ ਚਲ ਆ ਜਾਣਾ ਫਿਰ ਮੈਂ ਚੱਲੋ ਹੁਣੀ ਆ ਜਾਣਾ ਨਹੀਂ ਹੁਣੀ ਨਹੀਂ ਆਉਣਾ ਹੈਗਾ ਹੁਣ ਤਾਂ ਮੈਂ ਕਲਾਸ ਲਗਾਉਣੀ ਆ ਚਲ ਚੰਗਾ ਆ ਜਾਣਾ ਫਿਰ 20-25 ਮਿੰਟ ਨੂੰ ਤੁਰ ਪੈਣਾ ਠੀਕ ਓਕੇ ਕਿਹਦਾ ਫੋਨ ਆ ਓਏ ਹੈ ਕਿਹਦਾ ਫੋਨ ਹੈ ਇਹ ਤਾਂ ਉਹਨਾਂ ਦਾ ਪਾਪੇ ਨੌਕਰੀ ਆ ਜਾਂਦਾ ਫਿਰ ਉੱਥੇ ਬਹਿ ਕੇ ਕਰ ਲਾਂਗਾ ਗੱਲ ਅੰਦਰ ਚੋਰੀ ਹੋਈ ਕਰਨ ਦੀ ਕੀ ਲੋੜ ਸੀ ਨਾ ਨਾ ਉਹ ਮੈਨੂੰ ਕਹਿੰਦੇ ਵੀ ਹੁਣ ਆ ਕੇ ਜਾ ਕਹਿੰਦੇ ਨਾਲੇ ਅੱਜ ਤਾਂ ਛੁੱਟੀ ਦੀ ਸੈਮੀਨਾਰ ਲਾਉਣਾ ਹੁਣ ਫੋਨ ਆ ਗਿਆ ਨਾਲੇ ਕਹਿੰਦਾ ਮੈਂ ਤਾਂ ਜਾਣਾ ਨਹੀਂਗਾ ਛੁੱਟੀ ਲੈਤੀ ਹੋਈ ਹੈ ਮੇਰੀ ਹਾਂ ਫਿਰ ਹੈਗੀ ਤਾਂ ਛੁੱਟੀ ਤੀ ਉਹ ਤਾਂ ਤੋਂ ਫੋਨ ਆ ਕਹਿੰਦੇ ਸੈਮੀਨਾਰ ਲਾਓ 1 ਘੰਟੇ ਦਾ ਸੈਮੀਨਾਰ ਆ ਉੱਥੇ ਅੱਜ ਸੈਮੀਨਾਰ ਲਾ ਕੇ ਆਉਣਾ ਮੈਂ ਤਾਂ ਹੁਣ ਕੱਲ ਨੂੰ ਕੁੱਲੂ ਲਾ ਲਈ ਸੈਮੀਨਾਰ ਜਿਹੜਾ ਲਾਉਣਾ ਤਾਂ ਆਪਾਂ ਘਰ ਸਮਾਨ ਸਮੂਨ ਚੱਕ ਲਈ ਆ ਜਾ ਉਹ ਪਾਪਾ ਯਾਰ ਸਰਕਾਰੀ ਕੰਮ ਆਇਆ ਨਹੀਂ ਹੁੰਦਾ ਕੱਲ ਨੂੰ ਲੱਗੂਗਾ ਜਾਂ ਹੁਣ ਲੱਗੂਗਾ ਤਾਂ ਉੱਥੇ ਸੈਮੀਨਾਰ ਜਦੋਂ ਫੋਨ ਕਰਤਾ ਉਹਦੀ ਲਾਉਣਾ ਪੈਂਦਾ 7-8 ਸੈਮੀਨਾਰ ਹੁੰਦੇ ਨੇ ਇਹ ਮੰਥ 'ਚ ਕਦੋਂ ਜਾਣਾ ਪਊ ਤੈਨੂੰ ਹੁਣੀ ਜਾਂਦਾ ਮੈਂ ਤਾਂ ਬਸ ਮੈਂ ਤਾਂ ਉਹਦੇ ਕੱਪੜੇ ਵੀ ਨਹੀਂ ਦੂਜੇ ਪਾ ਕੇ ਜਾਂਦਾ ਹੀ ਜਾਊਂਗਾ ਮੈਂ ਤਾਂ ਫਿਰ ਐਂ ਕਰੀ ਹਾਂ ਅਸੀਂ ਵੀ ਬਾਰਨ ਨੇ ਕੱਪੜੇ ਤੇਰੀ ਮਾਂ ਤੇ ਮੈਂ ਹਾਂ ਅੱਛਾ ਸਨਾਮ ਜਾ ਕੇ ਆਉਣਾ ਸੀ ਤੇਰੀ ਮਾਂ ਦੀ ਜੜਾ ਦਿਖਾ ਕੇ ਲਿਆਉਣੀਆਂ ਨੇ ਮੈਂ ਆੜਤੀਏ ਕੋਲੇ ਜਾਣਾ ਹੈ ਮਰਜਾ ਪਹਿਲਾਂ ਤੇਰਾ ਸੈਮੀਨਾਰ ਜਦ ਲਾਲੀ ਤੋਂ ਆਉਂਦਾ ਅਸੀਂ ਬਾਹਰੇ ਬਹਿ ਜਾਂਗੇ ਉੱਥੇ ਫਿਰ ਆਪਾਂ ਆਹ ਕੰਮ ਕਰ ਲਾਂਗੇ ਉਹ ਪਾਪੇ ਐਂ ਕਿੱਥੇ ਹੁੰਦਾ ਯਾਰ ਸੈਮੀਨਾਰ ਹੁਣ ਮੈਂ ਹੀ ਜਾਊਂਗਾ ਉੱਥੇ ਤੁਸੀਂ ਕਿਵੇਂ ਵਗ ਜਾਓਗੇ ਮੇਰੇ ਨਾਲ ਅਸੀਂ ਕੀ ਸੈਮੀਨਾਰ ਨੂੰ ਮੂੰਹ ਚ ਪਾਉਣੇ ਕੱਲ ਨੂੰ ਵਗ ਜਾਓ ਤੁਸੀਂ ਪਿੱਛੇ ਲੱਤਾਂ ਡਾਉਣ ਲੱਗ ਜਾਂਦੇ ਹੋ ਯਾਰ ਓਏ ਅਸੀਂ ਤਾਂ ਪੁੱਤ ਬਾਹਰੇ ਬਹਿ ਜਾਂਗੇ ਅਸੀਂ ਨਹੀਂ ਆਂਦੇ ਆਏ ਨਹੀਂ ਬਾਹਰੇ ਨਹੀਂ ਉੱਥੇ ਬੈਠਣ ਦਿੰਦੇ ਪੁਲਿਸ ਖੜੀ ਹੁੰਦੀ ਆ ਉੱਥੇ ਬਾਹਰੇ ਬੈਠ ਜਾਓ ਕਿੱਕਰ ਹੈਗਾ ਜੀ ਕਿੱਕਰ ਥੱਲੇ ਬੈਠ ਕਿੱਕਰ ਕੁੱਕਰ ਨਹੀਂ ਥੱਲੇ ਬੈਠਣਾ ਯਾਰ ਉੱਥੇ ਮੇਰੀ ਬੇਇੱਜ਼ਤੀ ਕਰਾਂਗੇ ਉਹਦੇ ਦੇ ਉੱਦੇ ਵਗ ਗਿਆ ਤੂੰ ਉੱਥੇ ਓਏ ਅਸੀਂ ਹੁਣ ਕਿੱਥੇ ਬੱਸਾਂ 'ਚ ਧੱਕੇ ਖਾਂਦੇ ਜਾਂ ਮੈਂ ਤੁਸੀਂ ਯਾਰ ਆਪਾਂ ਪਰਸੋਂ ਨੂੰ ਵਗ ਜਾਾਂਗੇ ਕੱਲ ਦਾ ਦਿਨ ਛੱਡ ਕੇ ਵਿਹਲੇ ਹੀ ਆਵਾਂ ਪਰਸੋਂ ਕਿਤੇ ਨਹੀਂ ਜਾਣਾ ਮੈਨੂੰ ਲਾਇਆ ਉਹਨਾਂ ਦੇ ਸੈਮੀਨਾਰ ਫੋਨ ਕਰ ਯਾਰ ਕੀ ਇਹਦੇ ਮੈਨੂੰ ਜ਼ਰੂਰੀ ਕੰਮ ਹੈ ਕੋਈ ਤੂੰ ਫਿਰ ਬੱਸ ਤੇ ਵਗ ਜਾ ਯਾਰ ਨਹੀਂ ਨਹੀਂ ਕੰਚਰ ਤੇ ਘਰੇ ਪਾਈ ਫਿਰ ਕੇ ਪਾਈ ਨੇ ਘਰ ਵਿੱਚ ਇਹਦੇ ਤੈਨੂੰ ਮੱਡੇ 'ਚ ਛੱਡ ਦੂੰ ਇੱਥੇ ਸਾਜ ਲਈ ਆਪਦਾ ਇੱਥੋਂ ਵਗ ਜੀ
ਤੇਰੀ ਮਾਰੇ ਜਾਣੀ ਦੀ ਜੜਾ ਦਿਖਾ ਫੇਰ ਦਿਖਾ ਲਿਓ ਪਰਸੋਂ ਨੂੰ ਦਿਖਾ ਲਊਗਾ ਮੈਂ ਕਿਧਰੇ ਨਹੀਂ ਕੁਛ ਹੁੰਦਾ ਜੜਾਂ ਨੂੰ ਬੂਟ ਪਾ ਕੇ ਜਾਂਦਾ ਯਾਰ ਹੋਰ ਉਹੀ ਨਾ ਬਾਪੇ ਕਰਿਆ ਕਰ ਯਾਰ ਵਿੱਚ ਲੱਗ ਜਾਂਦੇ ਹੋ ਉੱਥੇ ਦਾ ਸੋਦੇ ਤੂੰ ਕੀ ਕਰਨ ਗਿਆ ਤੀ ਫੋਨ ਆਇਆ ਤੀ ਮੈਨੂੰ ਕਹਿੰਦੇ ਇੱਥੇ ਤੇਰਾ ਬਾਪਾ ਤੁਰਿਆ ਫਿਰਦਾ ਤੀ ਸਿਮੀ ਨਾਲ ਜੇ ਤੇਰਾ ਉੱਥੀ ਹੈ ਜਿੱਥੇ ਤੇਰਾ ਬੱਸਾਂ ਖੜੀਆਂ ਨੇ ਲਾਲ ਦੀਆਂ ਹਾਂ ਉੱਥੀ ਆ ਹੈ ਹਾਂ ਕਿੱਥੇ ਨੀਲੂ ਵਾਲੇ ਰੋਡ ਤੇ ਕਿੱਥੇ ਹੋਊਗਾ ਇਹ ਨੀਲੂ ਵਾਲੇ ਰੋਡ ਤੇ ਹੋਊਗਾ ਟੈਂਟ ਲੱਗਿਆ ਹੋਇਆ ਉੱਥੇ ਗਾਉਣ ਗੂਣ ਵਾਲਾ ਬੁਲਾਇਆ ਕਿ ਕੌਣ ਹੈ ਹਾਂ ਬਾਪੇ ਯਾਰ ਕਿਉਂ ਭੋਲੀਆਂ ਗੱਲਾਂ ਕਰਦਾ ਗਾਉਣ ਵਾਲੇ ਕਿੱਥੇ ਆਉਣਗੇ ਉੱਥੇ ਨਾਲੇ ਕਹਿੰਦਾ ਟੈਂਟ ਲੱਗਿਆ ਹੋਊਗਾ ਉਹ ਫਿਰ ਟੈਂਟ ਉੱਥੇ ਅਫਸਰ ਆਉਣਗੇ ਵੱਡੇ ਜਿਵੇਂ ਡੀਸੀ ਹੋ ਗਿਆ ਆਹ ਹੋ ਗਿਆ ਆਪਣਾ SHO ਹੋ ਗਿਆ ਇਹ ਸਾਰੇ ਅਫਸਰ ਆ ਕੇ ਉੱਥੇ ਗੱਲਾਂ ਕਰਦੇ ਹੁੰਦੇ ਨੇ ਵੀ ਮੁਲਾਜ਼ਮਾਂ ਨੂੰ ਕਿਵੇਂ ਗਾਹਾਂ ਸਿਖਲਾਈ ਦੇਣੀ ਆ ਕਿੱਥੇ ਕਿੱਥੇ ਭੇਜਣੇ ਨੇ ਐਂ ਹੁੰਦਾ ਸਾਈ ਯਾਰ ਹੋਰ ਮਤਾ ਹੁਣ ਆਜੂ ਘੰਟੇ ਨੂੰ ਕੋਈ ਨਾ ਬਸ ਤੇ ਵਗ ਜਾ ਪੈਸੇ ਦੇ ਦਿਓ ਮੈਨੂੰ 2000 ਰੁਪਇਆ ਆਪਣੇ ਬਾਪ ਤੋਂ ਲੈ ਲਾ ਪੁੱਤ ਕੀ ਕਰਨਾ ਸੀ ਕਿੰਨੇ ਚਾਹੀਦੇ ਨੇ ਦੋ ਹੁਣ ਤਾਂ ਬਦਲ ਆਇਆ ਜਿਹੇ ਚ ਨਾ ਦੋ ਹੀ ਦੇ ਬਸ ਕੱਪੜੇ ਕੱਢ ਕੁੜਤਾ ਚਾਦਰਾ ਦੀਮਾ ਟੱਚੀ ਡਾਂਗ ਦੀਦੀ ਮੈਂ ਲਵਾਉਣਾ ਸੈਮੀਨਾਰ ਦਾ ਨਾਲੇ ਪੈਸੇ ਦੇ ਦਿੱਤੇ ਉਹ ਮੇਰੇ ਸਾਲੀਏ ਬੁੱਝ ਤੇਰਾ ਸਰੀਰ ਇਹ ਭਾਰਾ ਨਹੀਂ ਤੇਰਾ ਦਿਮਾਗ ਵੀ ਮੋਟਾ ਹੈ ਹੋ ਕੀ ਗਿਆ ਦੱਸ ਤਾਂ ਸਹੀ ਤੀਮੀ ਨਾਲ ਗੱਲਾਂ ਮਾਰਦਾ ਮੇਰਾ ਸਾਲ ਅੰਦਰ ਵੜ ਕੇ ਫੁੱਦੂ ਬਣਾਉਂਦਾ ਆਪਾਂ ਨੂੰ ਆ ਸੈਮੀਨਾਰ ਲਾ ਜਾਣਾ ਤੈਨੂੰ ਆਪਣੀ ਔਲਾਦ 'ਤੇ ਯਕੀਨ ਨਾ ਆਇਆ ਕੰਮ 'ਤੇ ਚੱਲਾ ਓਏ ਕਿਉਂ ਤੂੰ ਇਹਦੇ ਮਗਰ ਲੱਗੀ ਹੈ ਕਿਉਂ ਮਗਰ ਲੱਗੀ ਹੈ ਮੈਂ ਤੈਨੂੰ ਸੱਚ ਝੂਠ ਅੱਧੇ ਘੰਟੇ 'ਚ ਕਰ ਦੂੰ ਮੇਰੀ ਗੱਲ ਸੁਣ ਲਾ ਤੇਰੇ ਨਾਲੋਂ ਵੱਧ ਮੈਂ ਜਾਣਦੀ ਹਾਂ 9 ਮਹੀਨੇ ਵੱਧ 9 ਮਹੀਨੇ ਆਪਣੇ ਪੇਟ 'ਚ ਰੱਖਿਆ ਉਹਨੂੰ ਮੈਂ ਹਾਂ ਨਰਾਲੇ ਬਾਬੇ ਦੀ ਬੜਾ ਯਕੀਨ ਕਰਦੀ ਹੈ ਹੈਂ ਤੈਨੂੰ ਵੀ ਤਾਂ ਡੱਡ ਕਦੋਂ ਪਾਣੀ ਪੀਂਦੀ ਹੈ ਤੁਸੀਂ ਮਗਰ ਬੈਠੇ ਨਰਾਲਾ ਬਾਬਾ ਜੈ ਹੋ ਕਰੀ ਜਾਂਦੇ ਅੰਦਰ ਅਗਲਾ ਚਮਟੇ ਛਾਣੀ ਵਜਾਈ ਜਾਂਦਾ ਕਿਤੇ ਨਹੀਂ ਗਿਆ ਤੂੰ ਜ਼ਿਆਦਾ ਮੇਰੇ ਤੋਂ ਚਾਪਲੀਆਂ ਖਾ ਲੇਗੀ ਮੇਰੀ ਗੱਲ ਸੁਣ ਲੈ ਹੁਣ ਬਹੁਤ ਟਾਈਮ ਹੋਗਾ ਤੇਰੀ ਸਰਵਿਸ ਕਰੀ ਨੂੰ ਚੁੱਪ ਕਰਕੇ ਮੇਰਾ ਕੁੜਤਾ ਚਾਦਰਾ ਕੱਢ ਦੇ ਹੈਂ ਮੈਂ ਇਹਨੂੰ ਇੱਧਰ ਅੰਗੇ ਹੱਥੀ ਫੜੂੰਗੀ ਅੰਗੇ ਹੱਥੀ ਫੜਨਾ ਉੱਥੇ ਤੂੰ ਜਵਾਕ ਤੇ ਮਾੜਾ ਮੋਟਾ ਵਿਸ਼ਵਾਸ ਰੱਖ ਲਾ ਮੇਰੇ ਸਾਈਦੀ ਤੇ ਮੈਂ ਕੀ ਕਹੀ ਜੰਨਾ ਸਮਝ ਲਿਆ ਕਰ ਕਿਹੜੀ ਗੱਲ ਆ ਆ ਪਿਆ ਫੜਾ ਚਾਦਰਾ ਇਹ ਖਾਸ ਨਹੀਂ ਲੈਣੀ ਕਰ ਲੈ ਬੱਗਰ ਨੂੰ ਲਾ ਨਹੀਂ ਹੁਣ ਕੀ ਕਹਿਣਾ ਬੱਗਰ ਨੂੰ ਓਏ ਮੋਟਰਸਾਈਕਲ ਵਾਲੇ ਲੈ ਕੇ ਗੱਲ ਗਿਆ ਹੋ ਬੱਗਰ ਨੂੰ ਲਾ ਫੋਨ ਲਾਉਣੀ ਆ ਫੋਨ ਇੱਥੇ ਕਿਤੇ ਪਿਆ ਹੋਣਾ ਆ ਪਿਆ ਲਾ ਕੇ ਦੇ ਮੈਨੂੰ ਮਰ ਜਾ ਫੜਾ ਉਰੇ ਦੇ ਲਾ ਕੇ ਭਾਈ ਦੇ ਖਾਸ ਨਹੀਂ ਲੈਣੀ ਕਰ ਲੈ ਜਵਾਕ ਜੇ ਅੱਜ ਉੱਥੇ ਮੈਨੂੰ ਦੀ ਗਿਆ ਨਾ ਕਿਸੇ ਤੀਵੀਂ ਤੂਵੀਂ ਨਾਲ ਕਹਾੜੀ ਨਾਲ ਲੱਤਾਂ ਤੋੜ ਕੇ ਲੈ ਕੇ ਐਵੇਂ ਨਾ ਭੌਂਕੀ ਚੱਲ ਹੈਲੋ ਬਗੜਾ ਹੈ ਪਹੁੰਚ ਗਿਆ ਪੁੱਤ ਘਰ ਐਂ ਕਰੀ ਮੋਟਰਸਾਈਕਲ ਲੈ ਕੇ ਆ ਮੇਰੀ ਕਰਾ ਕਲਰਾਂ ਲੈ ਕੇ ਆ ਬਗੜ ਓਏ ਆ ਮੜ ਜਾ ਮੋਟਰਸਾਈਕਲ ਹੀ ਕੱਟ ਕੇ ਹਿੰਮਤ ਨਾਲ ਆ ਜਾ ਮੜ ਜਾ ਮੈਂ ਤੈਨੂੰ ਰਾਹ 'ਚ ਦੱਸਦਾ ਤੂੰ ਹਿੰਮਤ ਨਾਲ ਆ ਮੜ ਜਾ ਆ ਲੈ ਕੱਟ ਦੀ ਨਹੀਂ ਅੱਖ ਹੋਰ ਕੱਟ ਦੀ ਮੜ ਜੀ ਹਾਰ ਗਿਆ ਇੰਨਾ ਜੰਮਿਆ ਮੇਰੇ ਸਾਲ ਨੇ ਪਛਾੜੀ ਲਿਆਤੀ ਘਰੇ ਨਾ ਪਿਓ ਨੇ ਇਹਦਾ ਕੰਮ ਕਰਿਆ ਨਾ ਦਾਦੇ ਨੇ ਨਾ ਪੜਦਾਦੇ ਨੇ ਹੈਲੋ ਸਤਿ ਸ਼੍ਰੀ ਅਕਾਲ ਪੁੱਤ ਕਿਵੇਂ ਆ ਹਾਂ ਮੈਂ ਠੀਕ ਹਾਂ ਉਹ ਮੇਰੀ ਗੱਲ ਸੁਣਾ ਵਾ ਤੁਹਾਨੂੰ 15 ਕੁ ਮਿੰਟਾਂ ਦਾ ਕੱਟ ਦਿੱਤੇ ਸੀ ਕਹਿੰਦਾ ਮੈਂ ਪਹੁੰਚਣ ਵਾਲੀ ਹਾਂ
ਪੁੱਤ ਕੱਲੀ ਆ ਗਈ ਸੁੱਖ ਤਾਂ ਹੈ ਪੁੱਤ ਬੱਬੂ ਤਾਂ ਆਪਣੀ ਨੌਕਰੀ ਤੇ ਗਿਆ ਹੋਇਆ ਪਾਪਾ ਤੇਰਾ ਘਰ ਹੈ ਜਾ ਤਾਂ ਤੇਰਾ ਪਾਪਾ ਵੀ ਸੁਨਾਮ ਹੀ ਰਿਹਾ ਚੱਲ ਕੋਈ ਨੀ ਮੈਂ ਕਹਿ ਦਿੰਦੀ ਹਾਂ ਤੇਰੇ ਪਾਪੇ ਨੂੰ ਬੱਗੜ ਤਾਂ ਆ ਗਿਆ ਠੀਕ ਹੈ ਜਾਂ ਸੀਪੀ ਆ ਗਈ ਅੱਡੇ ਤੇ ਕਹਿੰਦੀ 10 ਕੁ ਮਿੰਟ ਤੱਕ ਪਹੁੰਚਣ ਲੱਗੀਆਂ ਜਾਂ ਲੈ ਆ ਭਾਗ ਜਾ ਕਿੱਧਰ ਆਣਾ ਦੀ ਚਾਚਾ ਸੁੱਖ ਹੈ ਸੁੱਖ ਹੈ ਮਾੜਿਆ ਪਾਸ ਨਾਮ ਤੱਕ ਚੱਲ ਕੇ ਆਣੀ ਤੂੰ ਮੜੀ ਕੁੰਜੀ ਦੇ ਮੈਂ ਕੁੜੀ ਨੂੰ ਚੜਾ ਲੈ ਮਾੜੀ ਕੁੰਜੀ ਵਿੱਚ ਹੀ ਭਈਆ ਚਾਚਾ ਉਹਦੇ ਕਿਹੜੇ ਵੱਡੇ ਅੱਡੇ ਦੇ ਕਿ ਦੂਜੇ ਦੇ ਜੇ ਆ ਵੱਡੇ ਅੱਡੇ ਤੇ ਆਈ ਹੈ ਜਾਂ ਲੈ ਆ ਕਿਵੇਂ ਆ ਗਈ ਕੁੜੀ ਸੁੱਖ ਹੋਵੇ ਚਾਹ ਕਰਾਂ ਬਗੜਾ ਬਸ ਚਾਚੀ ਜਾਣ ਨੂੰ ਤਾਂ ਮੈਂ ਤਾਂ ਹਲੇ ਜਾ ਕੇ ਪੇਈ ਦੀ ਤੂੰ ਹੀ ਉਹ ਸਿੱਧੀ ਗੜੀ ਦੀ ਮੈਂ ਤਾਂ ਜਾ ਕੇ ਹਾਂ ਐਨੇ ਚ ਤੇਰਾ ਫੋਨ ਆ ਗਿਆ ਹਾਂ ਬਸ ਹੋਰ ਆ ਤੇਰੇ ਚਾਚੇ ਨੇ ਸੁਨਾਮ ਤੱਕ ਜਾਣਾ ਸੀ ਕੀ ਹੈ ਚਾਚੀ ਖੈਰ ਸੁੱਖ ਤਾਂ ਹੈਗੀ ਹੈ ਆਹੋ ਹੈ ਤਾਂ ਖੈਰ ਸੁੱਖ ਹੀ ਕੋ ਕੰਮ ਹੋਣਾ ਨਾ ਗੱਲ ਗੁਲ ਤੱਕ ਆਦੀ ਹੈ ਮਾਂ ਹਾਂ ਕਦੇ ਕੋਈ ਐਮਰਜੈਂਸੀ ਹੈ ਕਾਲ ਨਹੀਂ ਕਾਦੀ ਐਮਰਜੈਂਸੀ ਇੱਕ ਚਾਚੀ ਤੂੰ ਥੋੜਾ ਜਿਹਾ ਸੋਚੀ ਸਤਸੰਗ ਬਾਰੇ ਹੈ ਚਾਚੇ ਦਿਮਾਗ ਦਾ ਤੈਨੂੰ ਪਤਾ ਹੀ ਹੈ ਤੂੰ ਠੰਡੇ ਦਿਮਾਗ ਨਾਲ ਸੋਚ ਨਾ ਸਤਸੰਗ ਤੱਕ ਆਵਾਂਗੇ ਅਸੀਂ ਆ ਬਸ ਪ੍ਰੀਤ ਆ ਜਾਵੇ ਨਿਰਾਲੇ ਬਾਬੇ ਦੀ ਕਿਰਪਾ ਹੋ ਜਾਵੇ ਮੈਂ ਤਾਂ ਆਪ 4 ਦਿਨ ਡੇਰੇ ਲਾ ਕੇ ਆਉਣਾ ਚਲ ਵਧੀਆ ਚਾਚੀ ਹੋਰ ਹੁਣ ਕੁੜੀ ਆਈ ਹੋਊਗੀ ਆਪਣੀ ਵਿੱਚ ਹੀ ਸਤਸੰਗ ਇਹ ਸੁਣ ਲੋਗੀ ਸੀਪੀ ਹਾਂ ਆਹੋ ਚਲ ਕੋਈ ਨਹੀਂ ਇਹਨਾਂ ਨੂੰ ਤਾਂ ਸੁਣਾਉਣ ਵਾਲੀ ਅੱਜ ਜੱਸੀ ਜੱਸੀ ਆ ਜੂ ਚਾਚੀ ਫਿਰ ਮੈਨੂੰ ਜਾਣਾ ਪਊਗਾ ਦੇਖ ਅਦਾਲਤਾਂ ਨੂੰ ਮੈਨੂੰ ਜਾਣਾ ਪਊਗਾ ਹੁਣ ਤੂੰ ਜਾਏਗਾ ਹੋਰ ਉਹ ਮੈਂ ਤਾਂ ਬਲਾਕ ਪ੍ਰਧਾਨ ਆ ਚਾਚੀ ਮੈਨੂੰ ਤਾਂ ਮੂਰੇ ਲੱਗਣਾ ਪੈਂਦਾ 5 ਜੋੜੇ ਹੋਏ ਪਏ ਨੇ ਨਵੇਂ ਵਿਆਹੇ ਉਹਨਾਂ ਨੂੰ ਪਿੰਨੀ ਪ੍ਰਸ਼ਾਦ ਦਵਾ ਕੇ ਲਿਆਉਣਾ ਗੁਫਾ 'ਚ ਮੈਨੂੰ ਬਗੈਰ ਜਾਂਦਾ ਨਹੀਂ ਕੋਈ ਤੁਹਾਡੇ ਤਾਂ ਕਰਮ ਚੰਗੇ ਨੇ ਹੋਰ ਚਾਚੀ ਜਿਹੜਾ ਤੁਸੀਂ ਨਿਰਾਲੇ ਬਾਬੇ ਦੇ ਦਰਸ਼ਨ ਕਰਦੇ ਹੋਰ ਵਧੀਆ ਬਹਾਨੇ ਨਾਲ ਮੇਰਾ ਗੇੜਾ ਵੱਜ ਜਾਂਦਾ ਸਾਡੇ ਤਾਂ ਤਤ ਭਾਗ ਮਾੜੇ ਨੇ ਜਿਹੜੇ ਨਿਰਾਲੇ ਬਾਬੇ ਦੇ ਦਰਸ਼ਨ ਵੀ ਨਹੀਂ ਹੁੰਦੇ ਤੇਰੀਆਂ ਤਾਂ ਭਾਈ ਧੁਰ ਦਰਗਾਹ ਨੂੰ ਪੌੜੀਆਂ ਲੱਗੀਆਂ ਹੋਈਆਂ ਨੇ ਸਿੱਧਾ ਸਵਰਗਾਂ 'ਚ ਵਾਸਾ ਹੋਣਾ ਤੇਰਾ ਅਈ ਕਿਰਪਾ ਭਾਈ 250 ਜੋੜੇ ਨੂੰ ਤਾਂ ਦਵਾਤਾ ਹੋਣਾ ਪਿੰਨੀ ਪ੍ਰਸ਼ਾਦ ਲੈ ਚਾਚੀ ਕੀ ਗੱਲ ਕਰਦੀ ਆ 250 ਦੀ ਆ ਮਗਰਲੇ 3 ਸਾਲਾਂ 'ਚ ਨਾ ਮੈਂ 600 ਜੋੜੇ ਨੂੰ ਦਵਾ ਲਿਆ ਪਿੰਨੀ ਪ੍ਰਸ਼ਾਦ ਹਾਂ ਉਹ ਬਾਜੋ ਹੋਰ ਬਾਕੀ ਚਾਚੀ ਜ਼ਿੰਮੇਵਾਰ ਬੰਦੇ ਨੂੰ ਉੱਥੇ ਜਾਣਾ ਪੈਂਦਾ ਪਹਿਲਾਂ ਦੇਖ ਜੱਸੀ ਹੈਗੀ ਦੀ ਉੱਥੇ ਨਹੀਂ ਤਾਂ ਆਪਾਂ ਇਹਨਾਂ ਨੂੰ ਉਰੋਂ ਭੇਜ ਦਿੰਦੇ ਉੱਥੇ ਜੱਸੀ ਸਾਂਭ ਲੈਂਦੀ ਆਪੀ ਹੈ ਹੁਣ ਜੱਸੀ ਆਈ ਹੋਈ ਆ ਛੁੱਟੀ ਤੇ ਉਰੇ ਮੈਨੂੰ ਜਾਣਾ ਪਊ ਬਾਕੀ ਫਿਰ ਉੱਥੇ ਬਾਹਰੇ ਆ ਕੇ ਦੱਸਣਾ ਵੀ ਪੈਂਦਾ ਵੀ ਗੁਫਾ 'ਚ ਭਾਈ ਜਿਹੜਾ ਪਿੰਨੀ ਪ੍ਰਸ਼ਾਦ ਮਿਲਿਆ ਉਹਦੇ ਬਾਰੇ ਕਿਸੇ ਨੂੰ ਦੱਸਣਾ ਨਹੀਂ ਹੈ ਨਾਮ ਸ਼ਬਦ ਬਾਰੇ ਕਿਸੇ ਨੂੰ ਦੱਸਣਾ ਨਹੀਂ ਠੀਕ ਹੈ ਸਾਡੇ ਤਾਂ ਆਹ ਬੱਬੂ ਹੁਣੀ ਮੰਨਦੇ ਨਹੀਂ ਪਿੰਨੀ ਪ੍ਰਸ਼ਾਦ ਤਾਂ ਮੈਂ ਇਹ ਜੋੜੇ ਨੂੰ ਵੀ ਦਵਾ ਦਵਾਂ ਇਹਨਾਂ ਵਿੱਚ ਸੱਤਿਆ ਰਵੇ ਪਿਆਰ ਵਧੇ ਫੁੱਲੇ ਚਾਚੀ ਤਾਂ ਆਹ ਜਿਹੜਾ ਤੰਗ ਕਲੇਸ਼ ਹੁੰਦਾ ਇਹ ਅਟੇ ਮਿਟੇ ਘਰ ਨੂੰ ਪਛਾੜੀ ਪੈ ਗਈ ਤੇਰੇ ਸਾਹਮਣੇ ਦੇਖ ਲੈ ਦੇਖਦੇ ਦੇਖਦੇ ਹੈ ਹੋਰ ਆ ਤੇਰਾ ਚਾਚਾ ਇਹ ਕਿਹੜਾ ਚੌਰਾ ਮੰਨਦਾ ਇੱਕ ਦਿਨ ਦੀ ਗੱਲ ਹੁੰਦੀ ਹੈ ਚਾਚੀ ਹਫ਼ਤੇ 'ਚ ਇੱਕ ਦਿਨ ਸਤਸੰਗ ਲੱਗਦੀ ਹੈ ਜੇ ਮੇਰੇ ਨਾਲ ਜਾ ਕੇ ਪਿੰਨੀ ਪ੍ਰਸ਼ਾਦ ਲੈ ਆਂਦਾ ਇਹਦੇ ਵੀ ਸੱਤਿਆ ਪੈਂਦੀ ਮਨ 'ਚ ਆ ਜਿਹੜਾ ਮੂਤ ਪਿੰਦਾ ਦੇਖ ਲੈ ਰੰਗ ਭਾਗ ਲੱਗੇ ਨੇ ਆਪਣੇ ਰੰਗ ਭਾਗ ਲੱਗੇ ਹੋਰ 10,000 ਮਹੀਨੇ ਦਾ ਆਉਣਾ ਆਪਣੇ ਜੱਸੀ ਦੀ ਸਿਹਤ ਠੀਕ ਰਹਿੰਦੀ ਹੈ ਹਾਂ ਕਿੰਨਾ ਕੁ ਟਾਈਮ ਆ ਹੁਣ ਕਦੋਂ ਕੁ ਹੋਣਾ ਉਹ ਜਵਾਕ 3 ਮਹੀਨੇ ਰਹਿ ਗਏ ਚਾਚੀ ਅੱਛਾ ਹਾਂ ਬਾਕੀ ਹੱਥ ਨੇ ਤੈਨੂੰ ਮਿਲਿਆ ਕੇ ਲੈ ਕੇ ਜਾਉਂ ਹਾਂ ਹੁਣ ਦੇਖਦਾ ਚਾਚਾ ਨਰਾਲੇ ਬਾਬੇ ਦੀ ਜਾਇਆ ਮਾਵਾਂ ਮੈਂ ਨਰਾਲੇ ਬਾਬੇ ਦੀ ਕਿਰਪਾ ਹੋ ਗਈ ਦੇਖੀ ਐਦ ਕੀ ਕਿਤੇ ਜੌੜੇ ਜਵਾਕ ਨਹੀਂ ਹੁੰਦੇ ਜੌੜੇ ਹੀ ਹੋਣਗੇ ਚਾਚੀ ਮੈਨੂੰ ਪੱਕਾ ਪਤਾ ਲੈ ਸੱਚੀ ਨਰਾਲੇ ਬਾਬੇ ਨੇ ਕਿਰਪਾ ਕਮਲੀਏ ਰੋਂਦੇ ਨੀ ਹੁੰਦੇ ਕਮਲੀ ਕਿਸੇ ਥਾਂ ਦੀ ਹੈ ਬੋਲੀ ਰੋਣੀ ਕਾ ਤੂੰ ਓ ਮੇਰਾ ਪੁੱਤ ਹੈ ਉਹ ਤਾਂ ਬਾਪੇ ਤੈਨੂੰ ਦੇਖ ਕੇ ਰੋਣਾ ਜਾ ਗਿਆ ਲੈ ਮੈਨੂੰ ਕੀ ਹੋਇਆ ਮੈਂ ਚੰਗਾ ਭਲਾ ਹੈ ਐ ਧੁੱਪੇ ਨਾ ਫਿਰੋ ਕਰ ਪਾਪੇ ਬਿਮਾਰ ਹੋ ਜਾਂਦਾ ਕੁਝ ਨਹੀਂ ਹੁੰਦਾ ਲੈ ਪੁੱਤ ਪਾਣੀ ਹੈ ਜਿਹੜੇ ਕੰਮ ਇਹਦੇ ਕਰਨ ਵਾਲੇ ਆ ਇਹਨੇ ਹੀ ਕਰਨੇ ਆ ਹੋਰ
ਹੈ ਹੋਰ ਮੈਂ ਮੋਟਰਸਾਈਕਲ ਚਲਾ ਕੇ ਤੈਨੂੰ ਲੈਣ ਆਉਣਾ ਬੋਲੀ ਦੱਸ ਕਮਲੀ ਹੈ ਹੋਰੀ ਤਾਂ ਠੀਕ ਨੇ ਪੁੱਤਰ ਹਾਂ ਪਾਪੇ ਸਾਰੇ ਠੀਕ ਨੇ ਹੈ ਸਾਰੇ ਸੁਖ ਸ਼ਾਂਤ ਹੈ ਤੂੰ ਦੱਸ ਪਾਪੇ ਠੀਕ ਰਹਿਣਾ ਇਹ ਕਿਵੇਂ ਪੁੱਤ ਬਿਨਾਂ ਦੱਸੇ ਆ ਗਿਆ ਓਏ ਉਹ ਤਾਂ ਮੇਰਾ ਜੀ ਕੀਤਾ ਪਾਪੇ ਮੈਂ ਹਾਂ ਚੱਲ ਮੈਂ ਮਿਲੇ ਆਉਣੀ ਆ ਜਾ ਕੇ ਹਨਾ ਬਾਲਾ ਟਾਈਮ ਹੋ ਗਿਆ ਤੀ ਮੈਂ ਤਾਂ ਮੇਰੇ ਪੁੱਤ ਨੂੰ ਦੇਖਣ ਕਿੰਨਾ ਟਾਈਮ ਲੱਗ ਗਿਆ ਜਾ ਪ੍ਰੋਬਲਮ ਠੀਕ ਹੈ ਹਾਂ ਪਾਪੇ ਸਾਰੇ ਠੀਕ ਨੇ ਰਿਆਣੀ ਹਾਂ ਸਾਰੇ ਠੀਕ ਸੀਗੇ ਗਰਮੀ ਸੀਗੀ ਮੈਂ ਆਖਿਆ ਕੀ ਕਰੂੰਗੀ ਨਾਲ ਲਿਜਾ ਕੇ ਕੱਲੀ ਜਾ ਆਉਂ ਚੱਲ ਹਾਂ ਚੱਲ ਮੈਂ ਮਰਦਾ ਸਨਾਲ ਜਾ ਮੈਂ ਚੰਗਾ ਚਾਹ ਧਰਦੀ ਹਾਂ ਮੈਂ ਪੀ ਕੇ ਚਲੇ ਜਾਂਦਾ ਖਾਣਾ ਪੁੱਤ ਬਸ ਮੈਂ ਲੈ ਕੇ ਜਾਣਾ ਤੈਨੂੰ ਕੁਛ ਮਰਜ਼ੀ ਲੈ ਹੈ ਕੁਛ ਮਰਜ਼ੀ ਲੈ ਉਸੇ ਖਾਵੇਂਗਾ ਪੁੱਤ ਹਾਂ ਲੈ ਮੇਰੇ ਪੁੱਤ ਨੂੰ ਸਮੋਸੇ ਲੈ ਕੇ ਇਹ ਚਾਹ ਮੰਗਦੇ ਚਾਹ ਬਣਾ ਦੇਣੀ ਨਿੰਬੂ ਪਾਣੀ ਬਣਾ ਦੇ ਕੁੜੀ ਨੂੰ ਬਣਾ ਦਿੰਨੀ ਹੈ ਹੋਰ ਸੁਣਾ ਸੀਮਾ ਠੀਕ ਹੈ ਵਧੀਆ ਬੀਬੀ ਸਾਰੇ ਤੂੰ ਦੱਸ ਕਹਿੰਦਾ ਸੀ ਪਥਰੀ ਦਾ ਦਰਦ ਜਿਹਾ ਹੁੰਦਾ ਨਾ ਹੁਣ ਤਾਂ ਠੀਕ ਹੈ ਦੇਖਦੇ ਹਾਂ ਕਰਾਵਾਂਗੇ ਆਪਰੇਸ਼ਨ ਬਸ ਪੈਸਿਆਂ ਦਾ ਥੋੜ੍ਹਾ ਜਿਹਾ ਹੋਤੀਗਾ ਹੁਣ ਦੇਖਦੇ ਹਾਂ ਗਰਮੀ 'ਚ ਲੰਘ ਜਾਂਦੇ ਫਿਰ ਔਖਾ ਹੋ ਜਾਂਦਾ ਘਰ ਘਰ ਦੀਆਂ ਤੰਗੀਆਂ ਤਾਂ ਐਂ ਚੱਲਦੀਆਂ ਰਹਿਣੀਆਂ ਪਹਿਲਾਂ ਸਿਹਤ ਜ਼ਰੂਰੀ ਹੈ ਔਖੇ ਸੌਖੇ ਹੋ ਕੇ ਆੜਤੀਏ ਤੋਂ ਫੜ ਤੁੜ ਕੇ ਆਪਰੇਸ਼ਨ ਕਰਾ ਲਿਓ ਤੂੰ ਠੀਕ ਤਾਂ ਹੈ ਪੁੱਤ ਤੂੰ ਮੂੰਹ ਹੈ ਜਿਹਾ ਬਣਾ ਰੱਖਿਆ ਮਾਂ ਤੂੰ ਤਾਂ ਮੈਨੂੰ ਜਮੀ ਬੇਗਾਨੀ ਕਰਤਾ ਹੈ ਨਾ ਜਿੰਨਾ ਤੁਸੀਂ ਮੈਨੂੰ ਪਿਆਰ ਕਰਦੇ ਸੀ ਓਨੀ ਥੱਲੇ ਛੱਡਤਾ ਮੈਨੂੰ ਤਾਂ ਤੁਸੀਂ ਹੁਣ ਲੈ ਦੱਸ ਧੀਏ ਆਹ ਕਿਹੜੀ ਗੱਲ ਤੂੰ ਕੀਤੀ ਹੈ ਦਿਨ ਤਿਉਹਾਰ 'ਤੇ ਤੇਰਾ ਬਾਪ ਪਹਿਲਾਂ ਤੇਰੇ ਕੋਲ ਜਾਂਦਾ ਅਤੇ ਤੂੰ ਮੈਨੂੰ ਦੱਸਦੀ ਹੈ ਵੀ ਇਸ ਤੈਨੂੰ ਪਿੱਛੇ ਸੁੱਟਤਾ ਪਿੱਛੇ ਸੁੱਟਣ ਵਾਲੀ ਗੱਲ ਆ ਜੇ ਮੈਨੂੰ ਭੰਮੀ ਭੂਆ ਨਾ ਦੱਸਦੀ ਫਿਰ ਮੈਨੂੰ ਕਿੱਥੋਂ ਪਤਾ ਲੱਗਣਾ ਸੀ ਲੱਗ ਗਿਆ ਪਤਾ ਤੈਨੂੰ ਨਾ ਪਤਾ ਲੱਗਣ ਬਿਨਾਂ ਕੋਈ ਗੱਲ ਰਹਿੰਦੀ ਹੁੰਦੀ ਪਹਿਲਾਂ ਮੈਨੂੰ ਐਂ ਦੱਸ ਇਸ ਤਾਂ ਜਿਹੜਾ ਭਚਾਲ ਸਾਡੇ ਘਰ ਆਇਆ ਸਾਨੂੰ ਪਤਾ ਜਾਂ ਮੇਰੇ ਸਤਿਗੁਰ ਨੂੰ ਪਤਾ ਤੈਨੂੰ 20 ਵਾਰੀ ਸਮਝਾਇਆ ਸੀ ਕਿ ਉਹਨੂੰ ਇੰਨਾ ਨਾ ਚੁੰਮਲਾ ਨਾ ਚੁੰਮਲਾ ਹਜੇ ਤੂੰ ਸਾਨੂੰ ਟੋਕ ਦਿੰਦੀ ਸੀ ਪਾਪੇ ਨੂੰ ਵੀ ਉਹਨੂੰ ਟੋਕਣ ਦਿੰਦੀ ਸੀ ਜੇ ਪੈਸੇ ਮੰਗਦਾ ਸੀ ਉਹ ਵੀ ਚੱਕ ਕੇ ਦੇ ਦਿੰਦੀ ਸੀਗੀ ਉਹਨੂੰ ਦੁਬਾਰੇ ਦੁਬਾਰੇ ਵਿਆਹ ਹੁੰਦੇ ਹੁੰਦੇ ਨੇ ਕਿਤੇ ਮੈਨੂੰ ਕੀ ਪਤਾ ਸੀ ਨਲੈਕ ਇਹੋ ਜਿਹਾ ਨਿਕਲੂਗਾ ਬਹੂ ਦੀ ਤਾਂ ਬਾਤ ਵੀ ਨਹੀਂ ਪੁੱਛੀ ਬੈਠੀ ਆ ਉਹ ਜਾ ਕੇ ਉਹ ਵਿਚਾਰੀ ਹੁਣ ਕੀ ਕਰੇ ਉਹ ਤਾਂ ਇੰਨੀ ਚੰਗੀ ਹੈਗੀ ਸੱਤਾਂ ਪੰਚਾਇਤਾਂ ਤੱਕ ਫੋਨ ਫਾਨ ਕੀਤਾ ਨਹੀਂ ਉਹ ਨੰਬਰ ਹੀ ਬੰਦ ਵਾ ਜਿਹੜਾ ਮੈਂ ਕੀਤਾ ਸੀ ਹੁਣ ਦੋ ਵਾਰੀ ਜਿਹਦੇ 'ਤੇ ਕੀਤਾ ਉਹ ਜੱਗੀ ਨੇ ਗੱਲ ਹੀ ਨਹੀਂ ਕਰਾਈ ਇਹਨੇ ਤਾਂ ਸਾਨੂੰ ਇੰਨਾ ਥੱਲੇ ਲਾ ਦਿੱਤਾ ਮੁੰਡੇ ਨੇ ਸੱਤਾਂ ਪੰਚਾਇਤਾਂ ਤੱਕ ਗੱਲਾਂ ਗਈਆਂ ਆ ਕੱਪ 'ਤੇ ਫੋਟੋ ਬਣਾ ਲਈ ਕੁੜੀ ਦੀ ਉਹਨੇ ਕੱਪ ਘਰ ਭੇਜਤਾ ਕਿਹਨੂੰ ਦੁੱਖ ਦੱਸਾਂ ਪਿਓ ਤੇਰਾ ਆ ਅੰਦਰੋਂ ਅੰਦਰੀ ਉਹ ਖੱਪੀ ਜਾਂਦਾ ਅਸੀਂ ਤੀਵੀਆਂ 'ਤੇ ਵੀ ਮਸਾਂ ਆਪਣਾ ਗੁਜ਼ਾਰਾ ਕਰਦੇ ਹਾਂ ਹੁਣ ਮੇਰਾ ਬਾਪ ਦੱਸ ਕੀ ਕਰੀ ਜਾਵੇ ਮੈਨੂੰ ਸ਼ਰਮ ਨਹੀਂ ਆਉਂਦੀ ਭੋਰਾ ਵੀ ਮੇਰੇ 3 ਭੈਣਾਂ ਨੇਗੀਆਂ ਕੀ ਲੱਛਣ ਕਰਦਾ ਫਿਰਦਾ ਮੈਂ ਜੇ ਇੰਨੀ ਸੋਚ ਦਾ ਮਾਲਕ ਹੁੰਦਾ ਇੱਥੇ ਤੱਕ ਕਾਹਨੂੰ ਗੱਲ ਪਹੁੰਚਦੀ ਮੇਰੀ ਗੱਲ ਸੁਣ ਫਿਰ ਆਪਾਂ ਜਾ ਆਉਂਦੇ ਭਰਜਾਈ ਦੇ ਪਿੰਡ ਮੇਰੀ ਦੇ ਕੀ ਪਤਾ ਗੱਲ ਹੀ ਕੋਈ ਬਣ ਜੇ ਜਾ ਗਏ ਸੀ ਫਿਰ ਬਹੂ ਨੇ ਤਾਂ ਗੱਚ ਭਰ ਲਿਆ ਦੇਖ ਕੇ ਸਾਡੇ ਵੱਲ ਭੱਜੀ ਆਈ ਪਾਪਾ ਆਇਆ ਪਾਪਾ ਆਇਆ ਫਿਰ ਮੈਂ ਜਾ ਆਉਂਦੀ ਹਾਂ ਇਕੱਲੀ ਕੀ ਪਤਾ ਮੰਨ ਜੇ ਵਿਚਾਰੀ ਕਾਹਨੂੰ ਵਾਰ ਵਾਰ ਬੇਇੱਜ਼ਤੀ ਕਰਾਉਣੀ ਆ ਰਾਮ ਸਰੂਪ ਆ ਉਹ ਨਹੀਂ ਕੋਈ ਸਿਰਾ ਲੱਗਣ ਦਿੰਦਾ ਜੱਗੀ ਆ ਉਹਦਾ ਭਾਈ ਉਹ ਨਹੀਂ ਕੋਈ ਸਿਰਾ ਲੱਗਣ ਦਿੰਦਾ ਗੱਲੇ ਨਹੀਂ ਕਰਾਉਂਦੇ ਸਾਨੂੰ ਤਾਂ ਬਗਾਨਿਆਂ ਵਾਂਗੂ ਕੱਢ ਦਿੱਤਾ ਘਰੋਂ ਮੀਂਹ ਆ ਗਿਆ ਉਹਨੂੰ ਵਿਚਾਰੀ ਨੂੰ ਕੀ ਦੋਸ਼ ਦੇਣਾ ਜਦੋਂ ਆਪਦਾ ਹੀ ਸਿੱਕਾ ਖੋਟਾ ਹੈਗਾ ਕਹਿੰਦਾ ਭਾਈ ਮਾਸੜਾ ਮੌਸਮ ਖਰਾਬ ਆ ਸਾਨੂੰ ਪਤਾ ਸੀ ਉਸ ਘਰੋਂ ਕਿੱਦਾਂ ਨਿਕਲੇ ਆ ਕਹਿੰਦਾ ਮੌਸਮ ਖਰਾਬ ਆ ਭਾਈ ਪਹਿਲਾਂ ਘਰ ਜਾਵੋ ਆਪਣੇ ਅਸੀਂ ਬਸ਼ਰਮਾ ਵਾਂਗੂ ਮੰਜੇ ਚੱਕਣ ਲੱਗ ਪਏ ਉਹ ਅਸੀਂ ਬਸ਼ਰਮਾ ਵਾਂਗੂ ਉੱਠ ਖੜੇ ਮੀਂਹ ਸਾਰਾ ਅਸੀਂ ਪ੍ਰੀਤ ਦੇ ਪਿੰਡ ਅੱਡੇ 'ਚ ਬਰਾਇਆ ਡੂਢ ਘੰਟਾ ਖੜ ਕੇ ਤੀਵੀਂ ਆਦਮੀ ਅਸੀਂ ਅੱਡੇ 'ਚ ਰੋਂਦੇ ਰਹੇ ਗੱਲਾਂ ਬਾਤਾਂ ਕਰਦੇ ਰਹੇ ਕਿਹਨੂੰ ਦੱਸੀਏ ਕਿਹਨੂੰ ਨਾ ਦੱਸੀਏ ਤੇਰਾ ਬਾਪ ਕਹਿੰਦਾ ਕੁੜੀਆਂ ਨੂੰ ਨਹੀਂ ਕੋਈ ਗੱਲ ਦੱਸਣੀ ਕੁੜੀਆਂ ਤਾਂ ਖੌਰੇ ਕਿੱਦਾਂ ਪਹਿਲਾਂ ਹੀ ਆਪਣੇ ਘਰਾਂ 'ਚ ਟਾਈਮ ਪਾਸ ਕਰਦੀਆਂ ਜਵਾਕ ਜੱਲਿਆਂ 'ਚ ਜੇ ਉਹਨਾਂ ਨੂੰ ਦੱਸ ਦਿੱਤਾ ਭੱਜੀਆਂ ਆਉਣਗੀਆਂ ਹਾਂ ਦੇਖ ਲਾ ਉਹੀ ਗੱਲ ਹੋਈ ਪੰਮੀ ਨੇ ਤੈਨੂੰ ਦੱਸਤਾ ਤੂੰ ਦੇਖ ਲਾ ਜਵਾਕ ਜੱਲੇ ਛੱਡ ਕੇ ਸਭ ਕੁਛ ਛੱਡ ਕੇ ਭੱਜੀ ਆਈ ਇੱਥੇ ਨੂੰ
ਆਪਦੇ ਮਾਂ ਪਿਓ ਬਿਨਾਂ ਕੌਣ ਹੁੰਦਾ ਮਾਂ ਤੂੰ ਵੀ ਬੋਲੀਆਂ ਗੱਲਾਂ ਕਰਦੀ ਹੁਣ ਘਰ ਘਰ ਖਰਾਬ ਹੋਈ ਜਾਂਦਾ ਹੈਗਾ ਕੋਈ ਨਹੀਂ ਪੁੱਤ ਹੋ ਜਾਣਾ ਸਭ ਕੁਛ ਠੀਕ ਮੈਂ ਹੁਣ ਤੇਰੇ ਲਈ ਚਾਹ ਦਾ ਘੁੱਟ ਬਣਾਉਂਦੀ ਹਾਂ ਪੁੱਤ ਬਣਾ ਲਾ ਖੜ ਜਾ ਹੁਣ ਤਾਂ ਨਹੀਂ ਗੁੱਸੇ ਸਿਮਰਨ ਨਹੀਂ ਹੱਸ ਕੇ ਦਿਖਾ ਮੇਰਾ ਠੀਕ ਆ ਜੋ ਹੋਣਾ ਸੀ ਹੋ ਗਿਆ ਹਾਂ ਉਹ ਸਭ ਗੱਲਾਂ ਭੁੱਲ ਜਾ ਬਸ ਭੁੱਲ ਗਾ ਤੂੰ ਕਰਨੀ ਹੈ ਨਾ ਮੈਂ ਬਸ ਤੂੰ ਵੀ ਨਹੀਂ ਕਰਨੀ ਇੱਧਰ ਦੀ ਆ ਜਾ ਚੱਲ ਠੀਕ ਆ ਬੱਬੂ ਫਿਰ ਮੈਂ ਜਾਣੀ ਆ ਤੈਨੂੰ ਮੈਂ ਇਸ ਬੱਸ ਸਟੈਂਡ ਛੱਡ ਕੇ ਆਉਣਾ ਜਾ ਉਹ ਨਹੀਂ ਨਹੀਂ ਮੈਂ ਕੱਪੜੇ ਜੇ ਲੈਣੇ ਸੀਗੇ ਮੈਂ ਚੱਲਦਾ ਤੇਰੇ ਨਾਲ ਆਪਾਂ ਲਿਆਉਣੇ ਕੱਪੜੇ ਕੋਈ ਨਾ ਮੈਂ ਲੈ ਲੂੰਗੀ ਕੋਈ ਨਾ ਕਿੱਥੋਂ ਲੈਣੇ ਨੇ ਤਾਂ ਇਹ ਜਿਹੜੀ ਆ ਸ਼ਾਪ ਇੱਕ ਆ ਜਾ ਮੇਰੇ ਆੜੀਆਂ ਦੀ ਦੁਕਾਨ ਉੱਥੋਂ ਦਵਾ ਕੇ ਲਿਆਉਣਾ ਤੈਨੂੰ ਰਹਿਣ ਦੇ ਓ ਆ ਜਾ ਤੂੰ ਕਿੱਥੇ ਜਾਏਂਗੀ ਧੁੱਪ ਚ ਫੇਰ ਤਾਂ ਨਾ ਮਾਰੇਗਾ ਮੈਨੂੰ ਓ ਨਹੀਂ ਮਾਰਦਾ ਉਹਦਾ ਯਾਰ ਉਹ ਗੁੱਸੇ ਗੁੱਸੇ ਚ ਫਿਰ ਤੂੰ ਹਟਦੀ ਤਾਂ ਹੁੰਦੀ ਨਹੀਂ ਦੀ ਚਲ ਉਹ ਗੱਲਾਂ ਨਾ ਕਰ ਹੁਣ ਨਾਲੇ ਕੁਛ ਪੀਨੇ ਆ ਜਾ ਗਰਮੀ ਵਾਲੀ ਆ ਲੈ ਲਓ ਸੀ ਚੱਕ ਪਾਣੀ ਪੀ ਹੋਰ ਕੋਈ ਦਿੱਕਤ ਤਾਂ ਨਹੀਂ ਆਈ ਆਉਣ ਚ ਨਾ ਨਾ ਜੀ ਦਿੱਕਤ ਕਾਹਦੀ ਹੋਣੀ ਆ ਲਹਿਰੇ ਬਲਾਕ ਵਾਲੇ ਮੈਨੂੰ ਤਾਂ ਆਪਣੇ ਬਾਰ ਚ ਹੀ ਤਾਰ ਗਏ ਤੁਹਾਨੂੰ ਮੈਂ ਫੋਨ ਲਾਈ ਗਈ ਤੁਸੀਂ ਤਾਂ ਚੱਕਿਆ ਹੀ ਨਹੀਂ ਹੈਗਾ ਫੋਨ ਤਾਂ ਮੇਰਾ ਘਰੇ ਰਹਿ ਗਿਆ ਮੈਂ ਤਾਂ ਉਧਰ ਚਾਚੀ ਕੇ ਗਿਆ ਹਾਂ ਜੀ ਅੱਛਾ ਹਾਂ ਚਲ ਚੰਗੇ ਨੇ ਵਿਚਾਰੇ ਲਹਿਰੇ ਬਲਾਕ ਵਾਲੇ ਵੀ ਹੋਰ ਹੋਰ ਡੇਰੇ ਚ ਸੁੱਖ ਸ਼ਾਂਤੀ ਡੇਰੇ ਤਾਂ ਬਾਗੋ ਬਾਗ ਹੋਇਆ ਪਿਆ ਸਾਰਾ ਕੁਛ ਮਸਤ ਮਸਤ ਨਾਈਟ ਦੀਆਂ ਤਿਆਰੀਆਂ ਚੱਲ ਰਹੀਆਂ ਨੇ ਉੱਥੇ ਤਾਂ ਮੇਲਾ ਲੱਗਿਆ ਪਿਆ ਤੁਸੀਂ ਵੀ ਜਾ ਆਉਂਦੇ ਨਾ ਅਗਲੇ ਹਫਤੇ ਜਾਊਂਗਾ ਮੈਨੂੰ ਇਹਦੀ ਮਾਂ ਜੱਸੀ ਆ ਜੇ ਗੇਰਾ ਅੱਛਾ ਹੁਣ ਆ ਗਈ ਹੁਣ ਮੈਂ ਲੈ ਕੇ ਜਾਊਂਗਾ ਭੈਣਾਂ ਨੂੰ ਲੈ ਕੇ ਜਾਊਂ ਜਿਨ੍ਹਾਂ ਨੂੰ ਪਿੰਨੀ ਪ੍ਰਸ਼ਾਦ ਦਿਵਾਉਣਾ ਅਗਲੇ ਹਫਤੇ ਜਾਊਂਗਾ ਮੈਂ ਅੱਛਾ ਜੀ ਨਾਲੇ ਮੈਂ ਤੁਹਾਨੂੰ ਗੱਲ ਦੱਸਦੀ ਆ ਆ ਪਿੰਨੀ ਪ੍ਰਸ਼ਾਦ ਵਾਲਿਆਂ ਦੀ ਤਾਂ ਨਾ ਦਿਨ ਵਿੱਚ ਦੀ 20-20 ਜਣੀਆਂ ਆਉਂਦੀਆਂ ਨੇ ਲੈਣ ਲੱਗੀ ਰਹਿੰਦੀ ਹੈਗੀ ਰਾਤ ਨੂੰ ਬਾਬਾ 1-1 ਵਜੇ ਤੱਕ ਪਿੰਨੀ ਪ੍ਰਸ਼ਾਦ ਵੰਡੀ ਜਾਂਦਾ ਉਹਨਾਂ ਨੂੰ ਮੇਰੇ ਸਤਿਗੁਰ ਦੀਆਂ ਸਤਿਗੁਰ ਜਾਣੇ ਹਾਂ ਸੱਚ ਸਤਿਗੁਰ ਠੀਕ ਨੇ ਹੁਣ ਬਾਬਾ ਜੀ ਸਤਿਗੁਰ ਤਾਂ ਬਾਗੋ ਬਾਗ ਨੇ ਨਾਲੇ ਪਹਿਲਾਂ ਨਾਲੋਂ ਨਰੋਏ ਹੋਏ ਪੈਣਗੇ 1.5 ਮਹੀਨਾ ਹੋ ਗਿਆ ਗੁਫਾ ਚੋਂ ਨਹੀਂ ਨਿਕਲੇ ਤਾਂ ਲੈ ਹੋਰ ਇੰਨਾ ਭਜਨ ਕਰੀ ਜਾਂਦੇ ਨੇ ਭਜਨ ਕਰੀ ਜਾਂਦੇ ਨੇ ਨਾਲੇ ਨਵੇਂ ਵਿਆਹਿਆਂ ਨੂੰ ਜਿਹੜਾ ਪਿੰਨੀ ਪ੍ਰਸ਼ਾਦ ਦਿੰਦੇ ਨੇ ਦੇਖ ਲੈ ਜਦੋਂ ਇੱਕ ਜਾਂਦਾ ਦੂਜਾ ਆ ਜਾਂਦਾ ਦੂਜਾ ਜਾਂਦਾ ਤੀਜਾ ਆ ਜਾਂਦਾ ਇੰਨਾ ਰਸ਼ ਹੋਇਆ ਪਿਆ ਉੱਥੇ ਤਾਂ ਰਸ਼ ਤਾਂ ਉੱਥੇ ਬਾਲਾ ਹੈ ਹੋਰ ਉਰੇ ਤਾਂ ਗਰਮੀ ਬਾਲੀ ਆ ਜੱਸੀ ਹੋਰ ਮੈਂ ਤਾਂ ਆਪ ਜੀ ਉਰੇ ਜੀ ਨਹੀਂ ਲੱਗਦਾ ਹੈਗਾ ਤੂੰ ਤਾਂ ਉੱਥੇ ਹੀ ਰਹਿ ਜਾਂਦੀ ਮੈਂ ਤਾਂ ਨਾ 5-7 ਦਿਨ ਇੱਥੇ ਰਹੂੰਗੀ ਜੇ ਨਾ ਜੀ ਲੱਗਾ ਉੱਥੇ ਵਗ ਜੂੰਗੀ ਨਾਲੇ ਨਾ ਫਿਰ ਕੀ ਹੋਇਆ ਨਾ ਸਤਿਗੁਰ ਕਹਿੰਦੇ ਆ ਨਰਾਲਾ ਜੀ ਕਹਿੰਦੇ ਭਾਈ ਜੱਸੀ ਹੁਣ ਤੈਨੂੰ 2 ਮਹੀਨੇ ਹੋ ਗਏ ਉਰਿਆਈ ਨੂੰ ਵੀ ਤੂੰ ਸੇਵਾ ਰਹਿਣ ਦੇ ਹੁਣ ਤੂੰ ਘਰੇ ਜਾ ਕੇ ਆਪਦੇ ਰੈਸਟ ਕਰ ਲਾ ਮੈਂ ਤਾਂ ਕਰਕੇ ਨਾਲੇ ਨਾ ਮੇਰੇ ਨਾਲ ਇੱਕ ਕੈਥਲ ਦੀ ਸੀਗੀ ਜਨਾਨੀ ਮੈਂ ਯਾਰ ਦੋਨਾਂ ਨੇ ਨਾ ਸਤਿਗੁਰ ਦੀ ਪੂਰੀ ਰੀਝਾਂ ਨਾਲ ਸੇਵਾ ਕਰੀ ਹੈਗੀ ਅਤੇ ਨਾ ਉਹਨੂੰ ਵੀ 5-5 ਮਹੀਨਾ ਲੱਗਿਆ ਹੋਇਆ ਉਹ ਵੀ ਸੇਵਾ 'ਤੇ ਆ ਗਈ ਹੁਣ ਘਰੇ ਉਹ ਵੀ ਭੇਜਤੀ ਉਹਦੇ ਤਾਂ ਘਰ ਦੇ ਲੈਣ ਆ ਗਏ ਤੇ ਉਹਨੂੰ ਚਲੋ ਠੀਕ ਆ ਅਜੇ ਜੱਸੀ ਤੇਰੇ ਵਾਸਤੇ ਏਸੀ ਵੀ ਲਵਾਤਾ ਮੈਂ ਜਿਹੜਾ ਡੇਰੇ ਚੋਂ 10,000 ਆਇਆ ਕਰੂ ਆਈ ਮਹੀਨੇ ਤੇਰੀਆਂ ਸਹੂਲਤਾਂ ਸੁੱਖ ਸਹੂਲਤਾਂ ਦੀ ਲਾਉਂਗਾ ਤਾਂ ਫਰੂਟ ਤੇਰੇ ਵਾਸਤੇ ਹਾਂਜੀ ਹਰ ਚੀਜ਼ ਲਿਆ ਕੇ ਰੱਖੂਗਾ ਇਹ ਕਿਹੜੇ ਏਸੀ ਨੇ ਜੀ ਏਸੀ ਤਾਂ ਉੱਥੇ ਲੱਗੇ ਹੋਏ ਨੇ ਗੁਫਾ 'ਚ ਜਦੋਂ ਚਲਾਉਂਦੇ ਆ ਨਾ ਨਿਰੀ ਬਰਫ਼ ਡੇਗਦੇ ਨੇ ਐਂ ਹੁੰਦਾ ਵੀ ਬੰਦਾ ਸ਼ਿਮਲੇ ਫਿਰਦਾ ਗਾ ਓਹੋ ਕਾਮਲੀਏ ਉਹਨਾਂ ਦੀ ਆਪਾਂ ਕਿੱਥੇ ਰੀਸ ਕਰ ਲਾਂਗੇ ਆਪਾਂ ਤਾਂ ਟਾਈਮ ਪਾਸ ਕਰਨਾ ਹੈ ਉਹ ਤਾਂ ਰੱਬ ਨੇ ਆਪ ਇਹ ਤਾਂ ਹੈ ਤੇ ਹੁਣ ਨਾ ਮੈਂ ਇੱਕ ਚੀਜ਼ ਸੋਚੀ ਆ ਜਿਹੜਾ 10,000 ਆਪਾਂ ਨੂੰ ਡੇਰੇ ਕਨੀਓ ਆਇਆ ਕਰੂਗਾ ਹਾਂਜੀ ਉਹਦਾ ਤਾਂ ਆਪਾਂ ਬਸ ਕਦੇ ਫਰੂਟ ਲਿਆਂਦੇ ਹੈ ਕਦੇ ਕਾਜੂ ਬਦਾਮ 2 ਕਿਲੋ ਤੇਰੇ ਵਾਸਤੇ ਦੁੱਧ ਬੰਨ ਦਿੱਤਾ ਸਵੇਰੇ ਸ਼ਾਮ ਦਾ ਇਹ ਮੈਂ ਤੈਨੂੰ ਸਾਰੀਆਂ ਸਹੂਲਤਾਂ ਦੇਣੀਆਂ ਨੇ ਉਹ ਪੈਸਿਆਂ ਨਾਲ ਮੈਂ ਲਵੇ ਕੁਛ ਨਹੀਂ ਰੱਖਣਾ ਉਹਨਾਂ ਪੈਸਿਆਂ 'ਚ ਮੇਰੀ ਗੱਲ ਸੁਣੋ ਜੀ ਜਿਹੜੀਆਂ ਸਹੂਲਤਾਂ ਨਰਾਲਾ ਬਾਬਾ ਦੇ ਸਕਦਾ ਨਾ ਜਿੰਨਾ ਮਰਜ਼ੀ ਜ਼ੋਰ ਲਾ ਲਓ ਆਮ ਬੰਦਾ ਨਹੀਂ ਉਹ ਦੇ ਸਕਦਾ ਇਹ ਤਾਂ ਹੈਗਾ ਦੱਸ ਹਾਂ ਮੈਂ ਆਪਦੇ ਅੱਖੀ ਦੇਖ ਕੇ ਆਈ ਹਾਂ 2 ਮਹੀਨੇ ਉੱਥੇ ਲਾ ਕੇ ਆਈ ਹੈਗੀ ਤੂੰ ਐਂ ਦੇਖ ਲਾ ਨਰਾਲਾ ਬਾਬਾ 5 ਵਜੇ ਉੱਠ ਕੇ ਕਾਜੂ ਬਦਾਮ ਖਾਣ ਲੱਗ ਜਾਂਦਾ ਸੀਗਾ ਨਾਲੇ ਵੰਡਦਾ ਸੀ ਸੰਗਤ ਨੂੰ ਇਹ ਤਾਂ ਹਾਂ ਉਹ ਮੈਂ ਪੁੱਛਦੀ ਸੀ ਬੱਬੂ ਕੇ ਗਿਆ ਸੀ ਤੂੰ ਕਿਵੇਂ ਸੀ ਸੁੱਖ ਨੇ ਸਾਰੇ ਸੁੱਖ ਕਾਹਨੂੰ ਆ ਦੱਸੀ ਹੂੰ ਉਹ ਤਾਂ ਉਲਝਿਆ ਪਿਆ ਅਲਝਾ ਲਿਆ ਕੰਮ ਜਵਾਕ ਜੀ ਨੇ ਕੀ ਹੋ ਗਿਆ ਹੁਣ ਫੇਰ ਲੈ ਗਏ ਬਹੂ ਨੂੰ ਸਹੁਰੇ ਉਹਦੇ ਅੱਛਾ ਨਹੀਂ ਕਹਿੰਦੇ ਐਤਕੀ ਨਹੀਂ ਭਾਈ ਛੱਡ ਕੇ ਜਾਂਦੇ ਉਹ ਤਾਂ ਕਹਿੰਦੇ ਅਸੀਂ ਆਪਦੀ ਕੁੜੀ ਨੂੰ ਉਰੀ ਰੱਖ ਲਾਂਗੇ ਜਿੱਥੇ 25-26 ਸਾਲ ਪਾਲੀ ਆ ਤਾਂ ਉਰੀ ਰੱਖ ਲਾਂਗੇ ਕਹਿੰਦੇ ਨਹੀਂ ਦੱਸਣ ਨੇ ਦੱਸੀ ਉਹਦੇ ਕੋਈ ਹੈਂ ਹੁਣ ਆਪਦੀ ਤੀਵੀਂ ਘਰੇ ਬੈਠੀ ਆ ਬਾਹਰਲੀਆਂ ਤੀਵੀਆਂ ਨਾਲ ਉਹ ਫਿਲਮਾਂ ਦੇਖ ਕੇ ਆਉਂਦਾ ਪੀਜੇ ਖਾਂਦਾ ਉੱਥੇ ਕਹਿੰਦੇ ਸਨਾਮ ਉਹਦੇ ਲੱਛਣੀ ਮਾੜੇ ਉਹਦਾ ਬਹੁਤ ਵਿਗੜਿਆ ਹੋਇਆ ਜੱਸੀ ਉਹ ਲੈ ਐਡੀ ਗੱਲ ਹੋ ਗਈ ਐਡੀ ਗੱਲ ਆ ਉਹ
ਉਹ ਨਹੀਂ ਹੋਣਾ ਹੁੰਦੀ ਉਹ ਤਾਂ ਕੁੜੀ ਵੀ ਜਵਾਬ ਦੇਗੀ ਕਹਿੰਦੀ ਹੁਣ ਨਹੀਂ ਨਾ ਮੈਨੂੰ ਐਂ ਦੱਸੋ ਘਰ ਕਿੱਥੇ ਬਸੂਗਾ ਇਹਨਾਂ ਦਾ ਚੱਲ ਮੰਨ ਲਾ ਵੀ ਤਾਇਆ ਨਹੀਂ ਜਾਂਦਾ ਮਾਸੀ ਤਾਂ ਜਾਂਦੀ ਆ ਨਰਾਲੇ ਬਾਬੇ ਦੇ ਦੇਖ ਲਾ ਜਦੋਂ ਬੱਬੂ ਦਾ ਵਿਆਹ ਹੋਇਆ ਸੀ ਮੈਂ ਉਹਦੀ ਕਿਹਾ ਸੀ ਇਹਨੂੰ ਵੀ ਬਹੂ ਦਾ ਮੱਥਾ ਟਿਕਿਆ ਲਿਆ ਭਾਈ ਇਹ ਦੇਖ ਲਾ ਲੈ ਕੇ ਨਹੀਂ ਗਈ ਗੰਢ ਜੋੜਾ ਜੇ ਪਿੰਨੀ ਪ੍ਰਸ਼ਾਦ ਦਵਾ ਲਿਆਉਂਦੀ ਉੱਥੋਂ ਨਾ ਤੂੰ ਮਜਾਲਤੀ ਬਹੂ ਘਰੋਂ ਹਿੱਲ ਕੇ ਦਿਖਾਉਂਦੀ ਨਾਲੇ ਗਰੰਟੀ ਤੇ ਮੁੰਡਾ ਹੁੰਦਾ ਪੱਕਾ ਹੋਰ ਜਿਹੜੀਆਂ ਉੱਥੇ ਜਾਂਦੀਆਂ ਨੇ ਸਾਰੀਆਂ ਕੋਲੇ ਮੁੰਡੇ ਤਾਂ ਹੈਗੇ ਨੇ ਮੁੰਡੇ ਤਾਂ ਹੈਗੇ ਨੇ ਔਰ ਹੁਣ ਇਹ ਮੰਨਦੀ ਨਹੀਂ ਹੈਗੀ ਮੈਂ ਤਾਂ ਵਿਆਹ ਤੋਂ ਪਹਿਲਾਂ ਵੀ ਕਿਹਾ ਸੀ ਜੱਸੀ ਹਾਂ ਜਦੋਂ ਨਿਆਣਾ ਦੀ ਸ਼ੋਰ ਜਾਦੀਗਾ ਜਵਾਨੀ ਚੜਦੀ ਦੀ ਮਾਂ ਇਹਨੂੰ ਹੁਣੀ ਨਾਮਦਾਨ ਦਵਾ ਲਓ ਹੈ ਦਾਰੂ ਪਿਆਲੇ ਤੋਂ ਵੱਜ ਜੂ ਨਸ਼ੇ ਪੱਤੇ ਤੋਂ ਵੱਜੂ ਮਾੜੀ ਸੰਗ ਚ ਨੀ ਬੈਠੂਗਾ ਨਾਮ ਜਪਿਆ ਕਰੂਗਾ ਆਪਦਾ ਹੁਣ ਆਜ਼ਾਦ ਹੀ ਨਹੀਂ ਦੇਖਣੇ ਨੀ ਪੈਂਦੇ ਸੀ ਹੁਣ ਐ ਸੀਗਾ ਵੀ ਮਾਸੀ ਦੇਖ ਲਾ ਇਹਨਾਂ ਨੂੰ ਲੈ ਜਾਂਦੀ ਆਪ ਮਿੱਠੀਆਂ ਮਾਰ ਕੇ ਊਂ ਤਾਂ ਬਥੇਰਾ ਬੋਲਦੀ ਹੈਗੀ ਹੋਰ ਚੱਲ ਤੂੰ ਐ ਕਰ ਆਰਾਮ ਕਰ ਲੈ ਤੂੰ ਚੰਗਾ ਐਂ ਕਰਿਓ ਜੀ ਮੈਂ ਨਾ ਹੱਥ ਨੇ ਦੁੱਧ ਪੀਊਂਗੀ ਕਰਨਾ ਧਰ ਦਿਓ ਮੈਂ ਕਰਕੇ ਰੱਖ ਦੂੰਗਾ ਲੌਂਗ ਲੈਚੀਆਂ ਪਾ ਕੇ ਆਹੋ ਆਹੋ ਤੂੰ ਆਰਾਮ ਕਰ ਲਈ ਚੰਗਾ ਹਾਂ ਆਰਾਮ ਤਾਂ ਮੈਂ ਕਰ ਲੈਣੀ ਆ ਮੈਂ ਕਹਿੰਦੀ ਹਾਂ ਜੀ ਮੈਂ ਤਾਂ ਨਾ ਜੇ 5-7 ਦਿਨ ਦੇਖਦੀ ਹਾਂ ਜੇ ਤਾਂ ਮੇਰੇ ਉਰੇ ਜੀ ਲੱਗਿਆ ਠੀਕ ਆ ਨਹੀਂ ਮੈਂ ਤਾਂ ਉੱਥੇ ਹੀ ਵਗ ਜੂ ਫਿਰ ਚੱਲ ਜਿਵੇਂ ਤੇਰੀ ਮਰਜ਼ੀ ਹੈ ਹਾਂ ਚੰਗਾ ਸੌਂ ਜਾ ਤੂੰ ਮੈਂ ਲੈ ਜਾਣਾ ਭਾਂਡੇ ਕਿੱਧਰ ਲੱਗ ਗਏ ਆਹ ਕਿੱਦਾਂ ਹੈ ਨਹੀਂ ਵਧੀਆ ਨਹੀਂ ਇਹ ਮੈਨੂੰ ਬਲੈਕ ਕਲਰ ਪਸੰਦ ਆਇਆ ਆਹ ਤੀ ਫਿਰ ਬਲੈਕ ਇਹ ਦੇਖ ਬਲੈਕ ਕਲਰ ਹੈ ਨਾ ਬਲੈਕ ਕਲਰ ਵੀ ਸੋਹਣਾ ਹੈ ਸਹੀ ਆ ਕੋਈ ਹੋਰ ਦਿਖਾ ਦਿਓ ਯਾਰ ਹੋਰ ਮਿਲ ਬਲੈਕ ਚ ਹੀ ਕੁਝ ਹੋਰ ਹੋਵੇ ਬਲੈਕ ਦੇ ਵਿੱਚ ਆ ਮਿਲ ਜੂ ਵਿਦ ਪਾਕਟ ਇਹ ਦੇਖ ਕੇ ਮੈਂ ਇਹ ਜ਼ਿਆਦਾ ਨਾਈਸ ਹੈ ਇਹਦੇ ਨਾਲੋਂ ਵਧੀਆ ਇਹ ਇਹਦੇ ਨਾਲ ਵਧੀਆ ਕੱਪੜਾ ਹੀ ਬਹੁਤ ਵਧੀਆ ਇਹਦੇ ਨਾਲ ਪਤਾ ਮੋਟੀ ਲੱਗਦੀ ਹੈ ਯਾਰ ਨਹੀਂ ਆ ਜ਼ਿਆਦਾ ਸਹੀ ਹੈ ਉਹ ਦਿਖਾ ਦਿਓ ਟੀ-ਸ਼ਰਟ ਵੀ ਦਿਖਾ ਦਿਓ ਕਾਲਰ ਦੇ ਵਿੱਚ ਨਹੀਂ ਨਹੀਂ ਕਾਲਰ ਵਾਲੀ ਨਹੀਂ ਮੈਂ ਉੱਪਰ ਨਾ ਨੈਕ ਚ ਜੱਗੀ ਰੌਣਕ ਚ ਆ ਮੁੰਡੇ ਆ ਨਹੀਂ ਕੁਛ ਲੈਣਾ ਨਾ ਯਾਰ ਮੈਂ ਨਹੀਂ ਲੈਣਾ ਕੋਈ ਨਾ ਮੈਂ ਫੇਰ ਲੈ ਜੂ ਪਹਿਲਾਂ ਤੂੰ ਲੈ ਲੈ ਆ ਲੋ ਜੀ ਆ ਮਿਲ ਜੂ ਰੌਣ ਨੈਕ ਡ੍ਰੌਪ ਸ਼ੋਲਡਰ ਇਹ ਤਾਂ ਹੈਗੀ ਇਧਰ ਲਵੇ ਪਹਿਲਾਂ ਹਾਂ ਇਹ ਕਲਰ ਹੈ ਮੇਰੇ ਪਾਸ ਕੋਈ ਹੋਰ ਕੋਈ ਆਹ ਦੇਖੀ ਵਧੀਆ ਹਾਂ ਵਧੀਆ ਲੱਗੂ ਯਾਰ ਸਰੋਂ ਫੁੱਲਾ ਜਾ ਹਨਾ ਸਰੋਂ ਫੁੱਲਾ ਜਾ ਸੋਹਣਾ ਲੱਗੂ ਸਰੋਂ ਫੁੱਲਾ ਤਾਂ ਵਧੀਆ ਲੱਗੂਗਾ ਭਾਈ ਵਧੀਆ ਕਿਵੇਂ ਲੱਗੂਗਾ ਜਦੋਂ ਫਰੀ ਦਾ ਖਾਣ ਨੂੰ ਮਿਲਿਆ ਹੋਇਆ ਤੈਨੂੰ ਹੈ ਲਾਤਾ ਸੈਮੀਨਾਰ ਹੋਏ ਕੀ ਰਹਿ ਗਿਆ ਤੇ ਵਿਚਾਲੀ ਹਜੇ ਹਾਂ ਲਾਤਾ ਬਾਪੇ ਹੈ ਛੇਤੀ ਨਮੇੜ ਦਾ ਕੰਮ ਹੈ ਸੈਮੀਨਾਰ ਜਿਹਦਾ ਛੇਤੀ ਨਮੇੜ ਦਾ ਕੰਮ ਹਾਂ ਬਾਪੇ ਲੱਗ ਗਿਆ ਦੀਗਾ ਅੱਛਾ ਚੱਲੀ ਆਪਾਂ ਨਾ ਨਾ ਜਾਣਾ ਕਿਉਂ ਹੈ ਖੜੋ ਵਾਲੇ ਹੋਰ ਲੋਕ ਕੱਪੜੇ ਦੇ ਦੇ ਭਾਈ ਮੈਂ ਆਪੀ ਦੇ ਦੂੰਗਾ ਕੱਪੜੇ ਸੀ ਤੈਨੂੰ ਜਿੰਨੇ ਮਰਜ਼ੀ ਦੇ ਕੱਪੜੇ ਬਰੀ ਬੁਰੀ ਵਾਲਾ ਦਿਖਾ ਇਹਨੇ ਹੈ ਲਾਲ ਰੰਗ ਦਾ ਦਿਖਾ ਕੁੜੀ ਨੂੰ ਸੂਟ ਸਾਡਾ ਜੋੜੇ ਵਧੀਆ ਲੈ ਰੱਖੇ ਨੇ ਹੈ ਕਰੜਾ ਜਨੇ ਕਰੜਾ ਜਾ ਕੋਈ ਆਹੀ ਪਾ ਦੋ ਬਈ ਬਸ ਇੱਕ ਚੱਲੀਏ ਬਾਪੇ ਚੱਲਦੇ ਆ ਕੋਈ ਨਾ ਮੈਂ ਹੋਰ ਬਸ ਚੱਲਦੇ ਆ ਫਿਰ ਸੀਸੇ ਵਾਲਾ ਦੇਖ ਲਾਂ ਬੂਟ ਜਾ ਆਹ ਵਧੀਆ ਸੀਸਾ ਜਾ ਅੱਲਾ ਮੜ ਜਾ ਕੇ ਜਿੰਦਾ ਲਾ ਦੇ ਕਾਨੂੰ ਮੂਰੋਂ ਕਈ ਵਾਰ ਕੋਈ ਦੇਖ ਦੁਖ ਲੈਂਦਾ ਜਵਾਕ ਨੇ ਆਪਣੇ ਪਰਦੇ ਵਾਲੀ ਗੱਲ ਕਰਨੀ ਹੈ ਕੋਈ ਕੋਈ ਨਾ ਤਾਂ ਜਾ ਭੱਜ ਕੇ ਜਾ ਕੇ ਲਾ ਬੰਦਵਾ ਦੇ ਕੱਪੜੇ ਦਾ ਮੈਨੂੰ ਕੋਈ ਨਾ ਮੈਂ ਕੋਈ ਬਾਹਰੋਂ ਦੇਖ ਦੁਖ ਲੈਂਦਾ ਕੋਈ ਨਾ ਮੈਂ ਚੱਲਦੇ ਸਾਹਿਬ ਕਰਕੇ
ਨਾਤਾ ਹਾਂ ਹੈ ਚੱਲੀ ਆਪਾਂ ਚੱਲਦੇ ਆ ਹਾਈ 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 ਕੀ ਹੋਇਆ ਬਤਾਏ ਬਤਾਏ ਰਹਿਣ ਦੇ ਉਹ ਬਸ ਮਾਰਦੇ ਨਹੀਂ ਹੁੰਦੇ ਤਾਏ ਬਤਾਏ ਕੋਈ ਨਹੀਂ ਬਤਾਏ ਬਸ ਬਤਾਏ ਕੁਝ ਨਹੀਂ ਹੁੰਦਾ ਐ ਭੱਜ ਲੇਗਾ ਫਿਰ ਜਿੰਦਾ ਲੱਗਿਆ ਹੈ ਬਾਰੇ ਭੱਜ ਲੇਗੇ।